ਪੂਰੀ ਦੁਨੀਆ ਬੇਸ਼ੱਕ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਝੇਲ ਰਹੀ ਹੈ, ਪਰ ਨਸ਼ਾ ਤਸਕਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਹੇ। ਪਰ ਪੁਲਿਸ ਨੇ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨਾਲ ਲੜਨ ਦੀ ਲਗਾਮ ਸਾਂਭੀ ਹੋਈ ਹੈ, ਉੱਥੇ ਹੀ ਦੂਸਰੇ ਪਾਸੇ ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਸਤੇ ਵੀ ਪੁਲਿਸ ਹਰ ਵੇਲੇ ਮੁਸ਼ਤੈਦ ਰਹਿੰਦੀ ਹੈ। ਹਾਲ ਹੀ ਦੇ ਵਿੱਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਪਾਰਟੀ ਨੇ ਕਸ਼ਤ ਦੇ ਦੌਰਾਨ ਇੱਕ ਨਸ਼ਾ ਤਸਕਰ ਨੂੰ ਟਰੈਕਟਰ ਸਣੇ ਕਾਬੂ ਕੀਤਾ। ਇਸ ਦੇ ਟਰੈਕਟਰ ਵਿੱਚ ਤਕਰੀਬਨ 54 ਕਿਲੋ ਡੋਡੇ ਚੂਰਾ ਪੋਸਤ ਰੱਖਿਆ ਗਿਆ ਸੀ। ਸਰ ਕੀ ਮਾਮਲਾ? ਅੱਜ ਕਰਮਜੀਤ ਸਿੰਘ ਜੱਸੀ ਨੇ ਕੱਚਾ ਰਸਤਾ ਸੰਚਾਰ ਮੁਲਾਜ਼ਮ ਨੂੰ ਮਿਲਿਆ ਅਤੇ ਨਾਕਾਬੰਦੀ ਕੀਤੀ। ਇੱਕ ਟਰੈਕਟਰ ਹਰ ਦਿਨ ਮਿਲਿਆ ਆਇਆ, ਉਹਦੇ ਵਿੱਚ ਪਿੱਛੇ ਭੱਠੇ ਲੱਗੇ ਹੋਏ, ਉਹਨਾਂ ਰੁਕਿਆ ਜਾਂ ਜਿਹੜਾ ਆਦਮੀ ਉਹ ਗਾਉਣ ਲੱਗਾ। ਜੋ ਪੱਠੇ ਖੋਲ੍ਹ ਕੇ ਦੇਖੇ ਤਾਂ ਉਹਦੇ ਵਿੱਚ ਜਿਹੜਾ ਪੋਸਟਿੰਗ ਦੋ ਗੋਲੀਆਂ 53 ਕਿਲੋਗ੍ਰਾਮ ਦਾ। ਇਹਨਾਂ ਦੇ ਸਰ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਪਹਿਲਾਂ? ਹਾਂ, ਇਹਨਾਂ ਦੇ ਜਿਹੜੇ ਬਲਵੰਤ ਸਿੰਘ ਪਾਸੋਂ ਹੋਇਆ ਸੀ, ਦੋ ਮੁੰਡੇ ਭਗੌੜੇ ਆ ਰਹੇ ਸੀ, ਉਹਨਾਂ ਤੋਂ ਦੋ ਤਿੰਨ ਮੁਕਦਮੇ ਪਹਿਲਾਂ ਹੀ ਆ। ਬਲਵੰਤ ਸਿੰਘ ਦੇ ਵੀ ਕੰਮ ਕਰਨੀ ਆ, ਇਹ ਆਦੀ ਇੱਕ ਕੰਮ ਦੀ। ਹੁਣ ਤੱਕ ਥਾਣਾ ਸੁਲਤਾਨਪੁਰ ਦੇ ਕਿੰਨਾ ਨਸ਼ਾ ਫੜਿਆ ਗਿਆ? ਹੁਣ ਤੱਕ ਜਿਹੜਾ ਇਸ ਮਹੀਨੇ ਦੇ ਵਿੱਚ ਜਿਹੜੇ 5-6 ਮੁਕਦਮੇ ਲੱਗੇ ਹੋਏ ਆ, 1 ਕਿੱਲੇ ਉਹਨੂੰ ਹਿਸਾਬ ਨਾਲ ਫੜਿਆ ਗਿਆ। ਹੁਣ ਜਿਹੜਾ ਲੋਕਡਾਊਨ ਹੋਇਆ ਉਹਦੇ ਦੌਰਾਨ ਜਿਹੜਾ ਇਹ ਸਪਲਾਈ ਕਰਨੀ ਚਾਹੁੰਦੇ, ਹੁਣ ਲੋਕ ਜਿਹੜਾ ਨਸ਼ਾ ਕੋਈ ਨਹੀਂ, ਇਹ ਵੀ ਫੜਿਆ ਗਿਆ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।